सुनील भाई। जी अच्छा भैया, मैं आज अपनी ड्यूटी तो मैं तो वल्ला में ना अच्छा को छुट्टी मेरे खत्म थे गए। अल्लाह बाबे ने जन्नत जा दे बा, जेड़ा थी बना तो थी गया। मैं तो यार अपनी ड्यूटी तो वणण को पहले ना ते बाजी होनी कोना तो जमीन दई सडी हुआ चा बस। ए पागल थी गया तू उरिया मेरा क्यों भाई यार, ये कानून है जे पिया के बेरा हिस्सा होना ना, अगर वो पियो तो जदा दे वारे सुने ये सदियों चली होना तो है यार। अगर तू मैं मालिक है भेड़ी मालिक नहीं ए तक क्या ठीक है, मेंटल तो नहीं थी आ बैठा क्यों? खैर है बेरा मैं कोई ये गाल बोला ई गाल की सोचे ना पिया, मैं तो कुछ सहदा पिया। नहीं नहीं एक मिनट, भेड़ दे हिस्से वाली गाल बोला की थी भी भेड़ दे चा तो कर के सुता गिरे बाहर क्यों ना पिए? मेरी मर्जी, मैं मेरी बेरा आया अपनी आते गिरे बांध क्यों ना पिए? मैं इलाके की गिरे बांध पकड़े ना इलाका नहीं बोलेगा मेरे को, तू कौन है यार? तू जैन दिन अब तक मैं क्यों ना पिए भेड़ दे इसे दिखा लेता गिरे बांध हाथ पाता। मैं नहीं दे रहा भेड़ का हिस्सा, नहीं तो गिरे बांध हाथ, मैं नहीं दे रहा, मैं तो गिरे बांध हाथ क्यों पाता है? हैं भैया खुले रहते हैं तो गिरे बांध हाथ पाता क्यों? भैया खुले रहते हैं, मैं डरता अपने तेरे को नहीं, तू ना डरता, तू बदमाश है। तू गिरे बांध ना पैसे नहीं, तू वड़ा बिरा है पिया, मैं तेरे हाथ हाथ चाहूँ ठीक है मैं भाई ने कहा कि यार मैं ड्यूटी दे रहा था पिया बाजी ने जेड़ा हिस्सा पड़दा उन जेदार जो बुढ़ी चुजू। हां ठीक है ठीक है। अच्छा और भाई होनी आदत के मैं हिस्सा नहीं मिले ना ई गाल भाई ने कवड़ी पहन और पता नहीं क्यों नहीं लेता, तुसा पूछो मैं पूछे तो मेरा दरवाजा पे गए ना तोरी जेदार चुकी है ए से 8-9 किले थे 8-9 किले ते अबे फोटो है चुकर सब मेरे देख दे 15 दीवार देखे फोटो है 15 दीवार थी यार ते है से ये जेदार जेड़ी 15 एकड़ है पटवारी को लोगों ने बढ़वाए हुए फर्द शादी या कैसे नहीं बढ़वाए? मैं ताके तुम्हें उन्हें वही सब भाई वाले तो कपड़े ही पहन भाई वाले ताके नहीं दे रहे। अच्छा या अच्छा 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 चलो मुन्न तो मैं इधर कानून समझा पाचा पहले भाई वाले तुम पूछो ना देते क्यों नहीं सही है बंदा मामा में ना बोले मालिक वधेरा होवे या वधेरी, वालद होवे या वालदा,
ਜਦੋਂ ਉਹ ਫੌਤ ਨਹੀਂ ਬੈਠੇ ਤਾਂ ਜਿਹੜੀ ਉਹਦੀ ਜਾਇਦਾਦ ਹੁੰਦੀ ਹੈ ਭਾਵੇਂ ਉਹ ਸੋਨਾ ਹੋਵੇ ਪੈਸਾ ਹੋਵੇ ਜ਼ੇਵਰ ਹੋਵੇ ਜਾਇਦਾਦ ਦੇ ਮਨਕੂਲਾ ਮਨਕੂਲਾ ਜਾਇਦਾਦ ਉਹ ਕਹਿੰਦੇ ਜਿਹੜੀ ਹਰ ਹੀ ਜਾਤ ਬਈ ਜਾਤ ਉੱਤੇ ਟ੍ਰਾਂਸਫਰ ਥੀ ਸਕੇ ਅੱਛਾ ਪੈਸਾ ਪਾ ਥੀ ਗਿਆ ਗਾਣੇ ਥੀ ਗਏ ਜ਼ੇਵਰਾਤ ਥੀ ਗਏ ਇਹ ਇਹ ਸਾਰਾ ਇੱਕ ਮਨਕੂਲਾ ਜਾਇਦਾਦ ਹੈ ਅਤੇ ਗੈਰ ਮਨਕੂਲਾ ਜਾਇਦਾਦ ਜਿਵੇਂ ਜ਼ਮੀਨ ਥੀ ਗਈ ਮਕਾਨ ਥੀ ਗਈ ਉਹ ਗੈਰ ਮਨਕੂਲਾ ਉਹ ਜਿਹੜੇ ਵੇਲੇ ਬੰਦਾ ਫੌਤ ਥੀਂਦੇ ਫੌਤ ਥੀ ਬਣ ਵਾਲੇ ਦੀ ਜਾਇਦਾਦ ਜਿਹੜੇ ਉਹਦੇ ਵਾਰਸਾਨ ਭਾਵੇਂ ਉਹ ਬਾਲ ਹੋਵਣ ਪੁੱਤਰ ਹੋਵਣ ਅਤੇ ਭਾਵੇਂ ਉਹ ਹੋਵਣ ਲੀਆਂ ਉਹਨਾਂ ਦੇ ਵਿੱਚ ਸ਼ਰੀਅਤ ਦੇ ਹਿੱਸੇ ਦੇ ਮੁਤਾਬਿਕ ਉਹ ਤਕਸੀਮ ਥੀ ਰਹਿੰਦੀ ਹੈ ਅੱਛਾ ਹਾਂ ਹੁਣ ਇਹ ਇਹ ਹੱਕ ਜਿਹੜਾ ਹੈ ਨਾ ਲਿਆਉਣਾ ਇੱਕ ਤਾਂ ਕੁਰਾਨ ਮਜੀਦ ਦੇ ਹੁਕਮ ਦੇ ਖਿਲਾਫ ਵਰਜੀ ਹੈ ਅੱਲਾ ਦਾ ਕੁਰਾਨ ਆ ਦੇ ਬਈ ਬਾਬਾ ਮਰਨ ਵਾਲੇ ਦੀ ਜਾਇਦਾਦ ਉਹਦੇ ਵਾਰਸਾਂ ਦੇ ਵਿੱਚ ਉਹਦੇ ਹਿੱਸਿਆਂ ਦੇ ਮੁਤਾਬਿਕ ਤਕਸੀਮ ਕਰਦੇ ਹੋ ਡੇਢ ਹੁਣ ਅਸਾਂ ਕੀ ਕਰਦੇ ਹਾਂ ਅਸਾਂ ਭੇਣ ਦੀ ਜਾਇਦਾਦ ਖਸ ਗਿੰਦੇ ਹਾਂ ਔਰ ਅਸਾਂ ਨਾ ਹੈ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਿਕ ਅਗਰ ਵਿਰਾ ਬੇਣੀ ਨੂੰ ਜਾਇਦਾਦ ਨਾ ਦੇ ਸਕਣ ਤਾਂ ਬੇਣੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਸਕਦੀ ਹੈ ਅੱਛਾ ਇਹ ਰੂਹ ਅਜ਼ਾਦ ਦੀ ਤਰਮੀਮ ਥਈ ਹੈ ਇਹ ਹੂੰ ਤਰਮੀਮ ਦੇ ਮੁਤਾਬਿਕ ਉਹ ਆਪਣੀ ਵਿਰਾਸਤ ਤੋਂ ਮਹਿਰੂਮ ਜਿਹੜੀ ਬੇਣ ਨੂੰ ਕੀਤਾ ਹੋਇਆ ਸੀ ਜਾਂ ਔਰਤ ਨੂੰ ਕੀਤਾ ਹੋਇਆ ਸੀ ਤਾਂ ਉਹ ਵੰਨ ਕੇ ਥਾਣੇ ਦੇ ਉੱਤੇ ਕਾਰਵਾਈ ਕਰਵਾ ਸਕਦੀ ਹੈ ਦਸ ਲੱਖ ਰੁਪਇਆ ਜੁਰਮਾਨਾ ਹੈ ਦਸ ਲੱਖ ਰੁਪਇਆ ਜੁਰਮਾਨਾ ਅਤੇ ਦਸ ਸਾਲ ਸਜ਼ਾ ਹੈ ਦਸ ਸਾਲ ਸਜ਼ਾ ਲਿਆਦਾ ਬੇੜੀ ਨੂੰ ਜਾਇਦਾਦ ਦੇਣੀ ਪੋਸੀ ਇੱਕ ਗੱਲ ਸੀ ਅੱਛਾ ਉਹ ਅਗਰ ਤੁਸੀਂ ਬੇੜੀ ਨੂੰ ਜਾਇਦਾਦ ਨਾ ਦੇ ਸੋ ਹਵਾਲੇ ਕੀ ਆ ਮਸਲਾ ਹੈ ਦੇਣੀ ਅਦਾਲਤ ਵਿੱਚ ਲੱਗਿਆ ਹੋਇਆ ਸਨ ਦਾਵਾ ਦਾਇਰ ਕਰਦੇ ਸਨ ਵਾਲਾ ਉਹਨਾਂ ਦਾ ਅਦਾਲਤ ਉਹਨਾਂ ਕੋਲ ਹਿੱਸਾ ਦੇ ਰਹੇ ਸੀ ਉਹ ਖੁਸ਼ ਅਸਲੂਬੀ ਨਾਲ ਤੁਹਾਡੇ ਵਿਰਾਸਤ ਮੈਂ ਸਮਝਾਉਂਦਾ ਠੀਕ ਹੈ ਪਟਵਾਰੀ ਨੂੰ ਵੀ ਕੁਛ ਕਹਿੰਦੇ ਹੈ ਠੀਕ ਹੈ ਅਤੇ ਤੁਹਾਡੇ ਜਿਹੜਾ ਵਿਰਾ ਹੈ ਵੱਡਾ ਉਹਦੇ ਨਾਲ ਹੀ ਗੱਲ ਕਰ ਕਹਿੰਦੇ ਹੈ ਵਕੀਲ ਸਾਹਿਬ ਮੈਨੂੰ ਸਮਝਾ ਦਿਓ ਮੇਰੀ ਟਿਕਟ ਹੈ ਭਾਈ ਅਤੇ ਉਮੀਦ ਕਰ ਮੈਂ ਭਾਈ ਉਹਨੂੰ ਸਮਝ ਆ ਗਈ ਅਤੇ ਬਸ ਮਸਲਾ ਹੱਲ ਕਰ ਕੇ ਸੋ ਅਗਰ ਨਾ ਤੇ ਮੈਂ ਮਾਫੀ ਮੰਗਦਾ ਮੈਂ ਮੇਰੇ ਜ਼ਹਿਰ ਦੀ ਗੱਲ ਆ ਗਈ ਮੈਂ ਮਾਫੀ ਹੋਰ ਯਾਰ ਤੁਹਾਡਾ ਵਡਾ ਵਿਰਾ ਹੈ ਇਹ ਵੀਡੀਓ ਬਣਾਉਣ ਦਾ ਇੱਕ ਬੁਨਿਆਦੀ ਮਕਸਦ ਹੈ ਕਿ ਜਿਹੜੇ ਲੋਕ ਵਿਰਾਸਤ ਤੋਂ ਬੇਣੀ ਨੂੰ ਮਹਿਰੂਮ ਕਰਨ ਉਹਨਾਂ ਕੋਲ ਆਗਾਹੀ ਹੋਣੀ ਚਾਹੀਦੀ ਹੈ ਕਾਨੂੰਨ ਦੀ ਕਿ ਕਾਨੂੰਨੀ ਤੌਰ 'ਤੇ ਬੇਣੀ ਇਸਲਾਮੀ ਤੌਰ 'ਤੇ ਵੀ ਕਾਨੂੰਨੀ ਤੌਰ 'ਤੇ ਵੀ ਉਹ ਹੱਕਦਾਰ ਹਨ ਉਹ ਜਾਇਦਾਦ ਖਿੰਨ ਸਕਦੀਆਂ ਔਰ ਇਹਦੇ ਉੱਤੇ ਕ੍ਰਿਮੀਨਲ ਕਾਰਵਾਈ ਵੀ ਥੀ ਸਕਦੀ ਹੈ ਦੀਵਾਨੀ ਕਾਰਵਾਈ ਵੀ ਥੀ ਸਕਦੀ ਹੈ ਤਾਂ ਬੁਨਿਆਦੀ ਮਕਸਦ ਹੈ ਕਾਨੂੰਨ ਤੋਂ ਆਗਾਹੀ ਦੇਣਾ